ਉਹ ਦੁੱਖਾਂ ਚ ਦਾਦੇ ਹੁਸੈਨ ਦਾ ਵਾਰਿਸ ਹੈ। ਜਿੱਥੋਂ ਮੈਂ ਮਸਾਇਬ ਸ਼ੁਰੂ ਕੀਤਾ, ਪਹਿਲਾ ਦੁੱਖ ਜੋ ਇਸ ਤੋਂ ਵੀ ਦਾਦੇ ਦੀ ਤਰ੍ਹਾਂ ਢੱਲੀ ਰਾਤ ਨੇ ਵਤਨ ਛੁਡਾਇਆ ਹੈ, ਤੇ ਦੂਜਾ ਦੁੱਖ ਕਤਲ ਦੇ ਬਾਅਦ ਇਸ ਗਰੀਬ ਦਾ ਜਨਾਜ਼ਾ ਹੁਸੈਨ ਦੇ ਜਨਾਜ਼ੇ ਦੇ ਇੱਕ ਦੁੱਖ ਦਾ ਵਾਰਿਸ ਹੈ। ਇਸੇ ਦੁੱਖ ਨੂੰ ਮੈਂ ਪੜਦਾ ਪਿਆ ਸਾਡੇ ਤਾਬੂਤ ਤੇ ਇਸਤਕਬਾਲ ਵਿੱਚ ਖੜੇ ਹੋ ਜਾਵਣਾ, ਮਗਰ ਜੁਮਲਾ ਸਮਝ ਕੇ ਰੋਂਦੇ ਤੇ ਮਾਤਮ ਕਰਿੰਦੇ ਜਵਾਨਾ ਉੱਠਣਾ, ਬਜ਼ੁਰਗ ਵੀ ਮੈਨ ਕਰਨਾ, ਬਾਬਾ ਜੀ ਆਖਰੀ ਦਫਾ ਪਿਆਦਾ ਸੈਯਦ ਸਾਥੋਂ ਮੁਕਾਣ ਜਾਲ ਕੇ ਜਾਵਣਾ, ਸਮੁੰਤੀ ਹੱਕ ਅਦਾ ਨਹੀਂ ਕਰ ਸਕਦੇ ਸਾਦਾ ਸਾਡੇ ਤੇ ਰਾਜ਼ੀ ਰਵਣਾ, ਜਨਾਜ਼ਾ ਸਾਹਮਣੇ ਪਿਆ ਹਾਈ, ਇੱਕ ਜਾਫਰ ਨਾਮੀ ਮੌਲਾ ਦੇ ਭਾਈਆਂ ਨੇ ਇੱਕ ਹਾਕਿਮ ਦਾ ਬਿਰਾ ਹਾਈ, ਦੋਵਾਂ ਤਿਆਰੀ ਕੀਤੀ ਹੈ ਜੋ ਜਨਾਜ਼ਾ ਅਸੀਂ ਪੜਾਵੀਏ, ਯਾ ਅਚਾਨਕ ਪਰ ਮੈਨੂੰ ਪਤਾ ਲੱਗੇ ਜਨਾਜ਼ੇ ਦਾ ਵੇਲਾ ਹੋ ਗਿਆ, ਸੋਹਣੀਆਂ ਬਾਪਾ ਕੇ ਰੋਂਦੀਆਂ ਅੱਖੀ ਨਾਲ ਮਾਂ ਨੂੰ ਆਦੇ ਨਾ ਅੰਮਾ ਇਜਾਜ਼ਤ ਦੇ ਮੈਂ ਬਾਬੇ ਦਾ ਜਨਾਜ਼ਾ ਪੜਾਵਾਂ। ਹੁਣ ਦੱਸੋ ਉਹ ਮਾਂ ਕਿੱਡੀ ਔਖੀ ਹੋ ਸੀ ਜਿਹਨੂੰ ਪਤਾ ਹੈ ਹਜ਼ਾਰਾਂ ਬੰਦੇ ਕਤਲ ਕਰਨ ਆਏ ਖਲੇ ਨੇ ਤੇ ਕਾਤਲਾਂ ਸਾਢੇ ਚਾਰ ਸਾਲ ਦਾ ਪੁੱਤਰ ਭੇਜਣਾ ਹੈ। ਅੱਗੇ ਸ਼ੌਹਰ ਦਾ ਜਨਾਜ਼ਾ ਮੌਜੂਦ ਆਈ, ਸਾਰ ਚੁੰਮ ਕੇ ਕੁਰਾਨ ਦੀ ਛਾਂ ਕਰਕੇ ਆ ਦੀ ਵਾਂਜ ਅੱਲਾ ਦੇ ਹਵਾਲੇ, ਲੋਕ ਰਿਵਾਇਤ ਕਰਦੇ ਨੇ ਜਾਂ ਹੈਰਾਨ ਸੇ ਜੋ ਇਹ ਜਨਾਜ਼ਾ ਪੜ੍ਹੇ ਸਨ, ਇਹ ਸਾਢੇ ਚਾਰ ਸਾਲ ਦਾ ਸ਼ਹਿਜ਼ਾਦਾ ਦੋਵਾਂ ਨੂੰ ਪਿੱਛੇ ਹਟਾ ਗਿਆ ਦਿਨ ਆਪਣੇ ਬਾਬੇ ਦਾ ਜਨਾਜ਼ਾ ਮੈਂ ਪੜ੍ਹਾਉਣਾ ਹੈ। ਬਾਰਵਾਂ ਦੁਨੀਆ ਤੇ ਆਇਆ ਹੀ ਕੋਈ ਨਾ, ਤਾਂ ਵੀ ਤੋੜੇ ਕਤਲ ਦਾ ਖਤਰਾ ਹੀ ਤਾਰਫ ਕਰਾਇਆ ਨੇ, ਮੈਂ ਹਸਨ ਅਸਕਰੀ ਦਾ ਪੁੱਤਰ ਹਾਂ, ਮੇਰਾ ਨਾਮ ਵੀ ਮੁਹੰਮਦ ਹੈ, ਮੈਂ ਵੀ ਜ਼ਮਾਨੇ ਦਾ ਇਮਾਮ ਹਾਂ। ਹਰ ਕੈ ਨੂੰ ਹਟਾ ਕੇ ਇਮਾਮ ਜਨਾਜ਼ਾ ਪੜ੍ਹਾਵਣ ਲੱਗੇ ਨੇ, ਜਿਹੜੇ ਆਏ ਖਲੈਨ ਕਤਲ ਦੀ ਨੀਅਤ ਤੇ ਹਾਕਿਮ ਨੇ ਬਿਰਾ ਇਸ਼ਾਰਾ ਕੀਤਾ ਹੈ, ਨਮਾਜ਼ ਮੁੱਕੇ ਤਾਂ ਕਤਲ ਕਰ ਦੇਵਣਾ। ਹੁਣ ਇੱਜ਼ਤ ਆਲੇ ਮੈਨੂੰ ਮਾਫ਼ ਕਰਨਾ, ਨਮਾਜ਼ ਜਨਾਜ਼ਾ ਮਾਸੂਮ ਦੀ ਬਹੁ ਮੁਖਤਸਰ ਹੁੰਦੀ ਹੈ, ਜਦੋਂ ਨਮਾਜ਼ ਜਨਾਜ਼ਾ ਖਤਮ ਹੋਈ ਹੈ ਅਜਾ ਫੌਜੀ ਤਲਵਾਰਾਂ ਪਏ ਕੱਢਦੇ ਹਨ, ਯਾ ਬਾਰਵਾਂ ਇਮਾਮ ਗਾਇਬ ਹੋਣ ਲੱਗ ਗਏ। ਹੁਣ ਖੋਲੋ ਦਰਵਾਜ਼ਾ ਤੇ ਕਰੀਏ ਤਾਬੂਤ ਦੀ ਜ਼ਿਆਰਤ, ਬੜੀ ਦੇਰ ਬੇਗੈਰਤ ਲੱਭਦੇ ਰਹੇ ਸਾਨੂੰ, ਕਾਇਮ ਤੇ ਮੁੰਤਕਿਮ ਲੱਭ ਪਵੇ ਅਸਾਂ ਕਤਲ ਕਰਨਾ, ਜਦੋਂ ਨਹੀਂ ਲੱਭਿਆ ਹਸਨ ਅਸਕਰੀ ਹੁਸੈਨ ਦੀ ਤਰ੍ਹਾਂ, ਉਹ ਮਜ਼ਲੂਮ ਇਮਾਮ ਅਜਾ ਜਨਾਜ਼ਾ ਦਫ਼ਨ ਪਿਆ ਹੁੰਦਾ, ਯਾ ਇਸ ਇਮਾਮ ਦੀ ਜ਼ੋਜਾ ਰਸੀਆਂ ਪਵਾਈਆਂ ਨੇ, ਬੇਹਯਾ ਕੈਦ ਕਰਕੇ ਜ਼ੁਲਮ ਕਰਕੇ ਵਧਿਆ ਦਿਨ ਕਿੱਥੇ ਹੀ ਬਾਰਵਾਈ ਮੈਂ ਅਸਾਂ ਕਤਲ ਕਰਨੇ ਸਾਹਿਬ।
Jawani, yo gham ka gaya hai. Sajad di jawani, yo gham